ਹਾਂਜੀ ਹਿਜਰਤ ਹੈ ਹਿਜਰਤ ਦਾ ਮੀਨਿੰਗ ਕੀ ਹੈ ਹਾਂਜੀ ਗਾਂਧੀ ਜੀ ਨੇ ਦੀ ਵਿਆਖਿਆ ਕੀਤੀ ਆ ਉਹਨਾਂ ਨੇ ਕਿਹਾ ਵੀ ਜਿਹੜੇ ਮਜਲੂਮ ਹੁੰਦੇ ਨੇ ਠੀਕ ਹੈ ਜਦੋਂ ਉਹਨਾਂ ਤੇ ਅਤਿਆਚਾਰ ਹੁੰਦੇ ਨੇ ਤੇ ਉਹਨਾਂ ਦੇ ਮਜਲੂਮ ਨੇ ਜਿਹੜੇ ਅਤਿਆਚਾਰ ਦਾ ਸਾਹਮਣਾ ਕਰਨ ਤੋਂ ਕਰਨ ਤੋਂ ਅਸਮਰਥ ਨੇ ਹਨਾ ਤਾਂ ਇਹਨਾਂ ਨੂੰ ਕੀ ਇਹਨੂੰ ਛੱਡ ਦੇਣਾ ਚਾਹੀਦਾ ਆਪਣੀ ਜਗ੍ਹਾ ਵੀ ਜਿੱਥੇ ਵੀ ਉਹ ਰਹਿੰਦੇ ਨੇਗੇ ਉਹ ਥਾਂ ਛੱਡ ਕੇ ਥਾਂ ਛੱਡ ਕੇ ਕੀ ਕਰ ਜਾਣਾ ਚਾਹੀਦਾ ਦੂਸਰੀ ਥਾਂ ਚਲ ਜਾਣਾ ਚਾਹੀਦਾ ਥਾਂ ਜਾਣਾ ਚਾਹੀਦਾ ਇਹ ਰਜੇ ਇਹੀ ਪ੍ਰਕਿਰਿਆ ਨੂੰ ਇਹੀ ਵਿਧੀ ਨੂੰ ਕੀ ਕਿਹਾ ਜਾਂਦਾ ਹੈਗਾ ਹਿਜਰਤ ਭਾਵ ਜੇ ਜਦੋਂ ਸਾਰੀਆਂ ਵਿਧੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਗਿਆ ਕੁਨੋਂ ਨੇ ਕਰ ਕਰਕੇ ਦੇਖ ਲਿਆ ਹੁਣ ਜੋ ਉਹ ਕਰਨ ਦੇ ਅਸਮਰੱਥ ਹੀ ਹੋਣ ਠੀਕ ਹੈ ਤਾਂ ਕੀ ਕਰਨਾ ਚਾਹੀਦਾ ਵੀ ਜਦੋਂ ਜੋਲਮਣੇ ਜਿਹੜੇ ਉਹ ਅਸਹਿ ਹੋ ਜਾਣ ਜਿਹੜਾ ਅਨਿਆਪੁਰਖ ਅਤਿਆਚਾਰਕ ਵਿਵਹਾਰ ਹੈ ਉਹਦੇ ਸਾਹਮਣਾ ਕਰਨ ਤੋਂ ਸਮਰੱਥ ਸਮਰੱਥ ਨਹੀਂ ਜਿਹੜੇ ਲੋਕ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹ ਥਾਂ ਛੱਡ ਕੇ ਦੂਜੀ ਥਾਂ ਤੇ ਚਲਾ ਜਾਣਾ ਚਾਹੀਦਾ ਜਿਹੜੀ ਹਿਜਰਤ ਹੈ ਗਾਂਧੀ ਜੀ ਦੀ ਕੀ ਹੈ ਅਤਿਆ ਸत्याग्रह ਦਾ ਗ੍ਰਹ ਦੇ ਵਿਚਾਰ ਦੀ ਉਹ ਵੀ ਦੀ ਹੈ ਠੀਕ ਹੈ ਇੱਕ ਵੀ ਦੀਆ ਠੀਕ ਹੈ ਵੀ ਉਹਨਾ مظلومਾਂ ਨੂੰ ਹੀ ਅਪਣਾਉਣੀ ਚਾਹੀਦੀ ਹੈ ਵੀ ਜਿਹੜੇ ਅਤਿਆਚਾਰ ਨੂੰ ਖਤਮ ਕਰਨ ਦੇ ਲਈ ਅਸਫਲ ਅਸਫਲ ਰਹੇ ਨੇ